अचानक कैबिनेट मंत्री अमन अरोड़ा हलका सुनाम की पुरानी सब्जी मंडी विखे चल रहे 1 करोड़ रुपए के विकास कामों का जायजा लैन पहुंचे अते उते चल रहे विकास के कामों दौरान उत्थे लग रही पुरानी अते कच्ची पीली इटा वेख के मंत्री अग बबूले हो गए अते उन्होंने संबंधित ठेकेदारां अते अधिकारियों नूं गलत काम करन ते पुठे टंगन की चेतावनी देंदे हुए कहा कि आम आदमी पार्टी की सरकार अजिहा गलत काम नहीं चलन देवेगी। सुनाउंदे हां कि कुछ कहा अमन अरोड़ा ने। ਉਰੇ ਕੋਈ ਚਾਰ ਇੱਟਾਂ ਥੋੜਾ ਲੱਗੇ ਨੇ, ਜਿੰਨੇ ਚੈਂਬਰ ਬਣੇ ਨੇ ਸਾਰੇ ਦੇ ਸਾਰੇ ਇਹ ਪੁਰਾਣੀ ਇੱਟ ਦੇ ਬਣੀ ਜਾਂਦੇ ਨੇ। ਨਹੀਂ ਹੁਣੀ ਕੀ ਕਰਾ ਦਿੰਦੇ ਹੋ? ਹੁਣ ਤਾਂ ਜੋ ਕਰਾਉਣਾ ਮੈਂ ਆਪੇ ਕਰਾ ਲੂੰਗਾ। ਕਮਾਲ ਕੀਤੀ ਪਈ, ਸ਼ਰਮ ਹੈਗੀ ਤੁਹਾਨੂੰ ਬੜੀ ਮੋਟੀ ਕਿ ਨਹੀਂ? ਜਦੋਂ ਪੈਸੇ ਸਰਕਾਰ ਤੋਂ ਨਵੀਂ ਦੇ ਲੈ ਰਹੇ ਨੇ, ਅੱਬਲ ਦੇ ਲੈ ਰਹੇ ਨੇ, ਪੁਰਾਣੀ ਇੱਟ ਲੱਗ ਰਹੀ ਹੈ, ਤੁਸੀਂ ਅੱਖਾਂ ਬੰਦ ਕਰਕੇ ਸੁੱਤੇ ਪਏ ਅੰਨੇ ਹੋ ਤੁਸੀਂ ਕਿ ਹੈ? ਨਹੀਂ ਸੌਰੀ ਦੇ ਲੱਗਦੇ, ਮੇਰੇ ਮੇਰੇ ਹਲਕੇ ਬੰਦੇ ਤੇ ਪੁੱਤ ਬਣ ਕੇ ਕੰਮ ਕਰ ਲੈਣ, ਮੈਂ ਪੁੱਠਾ ਡੰਗ ਦੂੰਗਾ, ਸਮਝ ਗਿਆ? ਆ ਕੇ ਕੱਲੇ ਕੱਲੇ ਉਰੇ ਇੱਟ, ਮੈਂ ਨਾ ਪੁਰਾਣੀ, ਜੇ ਪੁਰਾਣੀ ਦੇ ਠੇਕੇ ਤੇ ਤਾਂ ਠੇਕੇ ਪੁਰਾਣੀ ਲੱਗੇ, ਜੇ ਨਵੀਂ ਅੱਬੜੇ ਤਾਂ ਅੱਬੜ ਲੱਗੇ, ਸਮਝੇ? ਇਸ ਤੋਂ ਮੁੜ ਕੇ ਮੈਂ ਕਰੂੰ, ਦੇਖ ਲਓ ਪੁੱਠਾ ਡੰਗ ਦੂੰਗਾ ਜੇ ਇਸ ਤੋਂ ਮੁੜ ਕੇ ਇਹ ਜੀ ਨੌਨਸੈਂਸ ਮੈਂ ਬਰਦਾਸ਼ਤ ਕਰ ਲਈ। ਨਹੀਂ ਸਰ ਅੱਖ ਕਿੰਨੇ ਦਿਨ ਹੋ ਗਏ ਅੜੇ ਮਾਰਨ ਉਰੇ? ਪਰਸੋਂ ਤੁਹਾਨੂੰ ਫਿਰ ਉਰੇ ਸਾਰੇ ਚੈਂਬਰ ਜਿਹੜੇ ਉਹ ਪੁਰਾਣੀ ਇੱਟ ਦੇ, ਟੁੱਟੀ ਹੋਈ ਇੱਟ ਦੇ ਬਣੀ ਜਾਂਦੇ, ਤੁਹਾਨੂੰ ਦਿਖਦੇ ਨਹੀਂ ਹੈਗੇ? ਮੈਨੂੰ ਮੈਂ ਅਗਲੇ ਹਫਤੇ ਨੂੰ ਫੇਰ ਆਊਂਗਾ ਸੰਡੇ ਨੂੰ, ਮੈਨੂੰ ਸਾਰੇ ਦੇ ਵਿੱਚ ਇੱਕ ਪੁਰਾਣੀ ਇੱਟ ਚਮਕ ਗਈ ਨਾ, ਨਾਲੇ ਠੇਕੇਦਾਰ ਨੂੰ ਪੁੱਠਾ ਡੰਗ ਦੋ, ਨਾਲੇ ਤੁਹਾਨੂੰ ਪੁੱਠਾ ਡੰਗ ਦੂੰਗਾ, ਕਿਤੇ ਕਿਸੇ ਗਲਤ ਫਹਿਮੀ ਚ ਹੋਵੋ। ਸਰਕਾਰ ਤੋਂ ਪੈਸੇ ਨਵੀਂ ਦੇ ਤੇ ਮਾਲ ਉਹਰੇ ਮਾੜਾ ਲਈ ਜਾਣ, ਕੀ ਗੱਲ ਬਈ? ਅੱਗੇ ਤੋਂ ਇਹ ਅੱਜ ਮੈਂ ਫਸਟ ਐਂਡ ਲਾਸਟ ਟਾਈਮ ਵਾਰਨਿੰਗ ਦਿੱਤੀ ਤੁਹਾਨੂੰ, ਆ ਕੇ ਦੇਖੋ ਉਰੇ ਸਾਰਾ ਗੰਦ ਆ ਜਿਹੜਾ ਉਹ ਪਾਈ ਜਾਂਦੇ ਨੇ। ਹੈਂ, ਦੱਸੋ ਕੀ ਹੈ ਇਹ? ਆ ਰੇਤੇ ਦੇ ਵਿੱਚ ਪੈਸੇ ਨਵੀਆਂ ਦੇ ਲੈ ਕੇ ਸਰਕਾਰ ਤੋਂ ਉਹੀ ਮੁੜ ਥੱਪੀ ਜਾਂਦੇ ਹੋ ਪੁਰਾਣੀ ਇੱਟਾਂ? ਜੇ ਤੁਹਾਨੂੰ ਕੋਈ ਤੰਗ ਕਰਦਾ, ਤੁਹਾਡੇ ਤੋਂ ਕੋਈ ਚੋਨੀ ਦੀ ਝਾਕ ਕਰਦਾ, ਮੈਨੂੰ ਦੱਸੋ, ਉਹਨੂੰ ਪੁੱਠਾ ਮੈਂ ਡੰਗੂਗਾ। ਠੀਕ ਹੈ ਸਰ। ਪਰ ਜੇ ਮਾੜਾ ਕੰਮ ਕਰਤਾ, ਜਿੰਨੇ ਦੇ ਸਰਕਾਰ ਤੋਂ ਪੈਸੇ ਲੈਣੇ ਹੋ, ਉਹ ਕੰਮ ਸਵਾਇਆ ਕਰ ਸਕਦੇ ਹੋ, ਤਾਂ ਹਲਕੇ ਚ ਕੰਮ ਕਰਨਾ, ਨਹੀਂ ਮੈਂ ਨੀ ਕੰਮ ਕਰਨ ਦੇਣਾ ਹੈਗਾ। ਠੀਕ ਹੈ, ਨਹੀਂ ਜੇ ਉਹ ਤੋਂ ਮੁੜ ਕੇ ਨੁਕਸਾਨ ਹੋਗਾ ਤਾਂ ਜ਼ਿੰਮੇਵਾਰ ਆਪ ਹੋਊਗੇ। ਕੋਈ ਦਿੱਕਤ ਨੀ ਆਏਗੀ ਜੀ, ਤਾਂ ਕੋਈ ਦਿੱਕਤ ਨੀ, ਤੁਸੀਂ ਪਹਿਲਾਂ ਵਾਲਾ ਕੰਮ, ਪਹਿਲਾਂ ਲੁੱਟਾਂ ਜਿਹੜੀਆਂ ਚੱਲਦੀਆਂ ਸੀਗੀਆਂ ਉਹੀ ਹੁਣ ਫਿਰ ਦੁਬਾਰਾ ਚਲਾ ਰੱਖੀਆਂ ਨੇ ਯਾਰ। ਕੱਲਾ ਪੱਟ ਦੋ, ਮੈਂ ਅਗਲੇ ਸੰਡੇ ਫੇਰ ਆਊਂਗਾ। ਮੈਨੂੰ ਇੱਕ ਇੱਟ ਮਾੜੀ ਦੇਗੀ, ਇੱਕ ਪਾਈਪ ਮਾੜੀ ਦੇਗੀ, ਠੀਕ ਹੈ ਨਾ, ਮੇਰੇ ਤੋਂ ਪੂਰਾ ਕੋਈ ਨੀ ਹੋਊਗਾ।